ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਮੇਨ ਫੈਕਟਰ ਜੋ ਸਾਡੇ ਡੇਅਰੀ ਫਾਰਮ ਨੂੰ ਘਾਟੇ ਦੇ ਵਿੱਚ ਲੈ ਕੇ ਜਾ ਸਕਦਾ, ਉਹ ਅੱਜ ਅਸੀਂ ਉਸ ਦੇ ਉੱਪਰ ਗੱਲ ਕਰਾਂਗੇ। ਗੱਲ ਕਰਦੇ ਹਾਂ ਰਿਪੀਟ ਬਰੀਡਿੰਗ ਦੀ, ਸੈਕਸ ਸੀਮਨ ਦੀ ਤੇ ਕਨਵੈਨਸ਼ਨਲ ਸੀਮਨ ਦੀ। ਸਭ ਤੋਂ ਪਹਿਲਾਂ ਰਿਪੀਟ ਬਰੀਡਿੰਗ ਦੀ, ਰਿਪੀਟ ਬਰੀਡਿੰਗ ਦੀ ਜਿਹੜਾ ਡੇਅਰੀ ਫਾਰਮ ਨੂੰ ਹਮੇਸ਼ਾ ਪ੍ਰੋਫਿਟ ਦੇ ਵਿੱਚ ਰੱਖਣ ਦਾ ਇੱਕ ਬਹੁਤ ਵੱਡਾ ਰੋਲ ਹੈ ਕਿ ਸਾਡੀ ਜਿਹੜੀ ਗਾਂ ਹੈ ਉਹ ਹਰ ਸਾਲ ਬੱਚਾ ਦੇਵੇ। ਆ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਗਾਂ ਨੂੰ ਹਰ ਸਾਲ ਪ੍ਰੈਗਨੈਂਟ ਕਰਾਉਣਾ ਹੈ। ਚਾਹੇ ਉਹ ਦੁੱਧ ਤੁਸੀਂ ਉਹ ਤੋਂ 2 ਲੀਟਰ ਘੱਟ ਵੀ ਚੋਲੋਗੇ ਨਾ, ਉਹਦਾ ਕੋਈ ਫਾਇਦਾ ਨਹੀਂ। ਉਹਦਾ ਕੋਈ ਸਾਰੇ ਫਾਇਦੇ ਹੀ ਫਾਇਦੇ ਨੇ, ਪਰ ਬੇਸ਼ਰਤਾ ਉਹ ਹਰ ਸਾਲ ਪ੍ਰੈਗਨੈਂਟ ਹੋਵੇ। ਮੰਨ ਲਓ ਤੁਸੀਂ ਉਹ ਤੋਂ ਦੁੱਧ ਬੇਸਤਾ ਚੋਲਿਆ, ਹਾਈ ਪ੍ਰੋਡਕਸ਼ਨ ਹੈਗੀ ਸੀ ਪਰ ਉਹ ਕੰਸੀਵ ਨਹੀਂ ਹੋਈ, ਫਿਰ ਕੀ ਫਾਇਦਾ ਉਹਦੇ ਇੰਨੇ ਦੁੱਧ ਦਿੱਤੇ ਦਾ? ਅਗਲੇ ਸਾਲ ਤੋਂ ਖਰਾਬ ਕਰ ਗਈ ਨਾ ਸਾਨੂੰ। ਇਸੇ ਕਰਕੇ ਜੇ ਤੁਸੀਂ ਦੁੱਧ ਘੱਟ ਚੋ ਕੇ ਵੀ ਥੋੜਾ ਤੇ ਉਸਨੂੰ ਪ੍ਰੈਗਨੈਂਟ ਕਰਾ ਲੈਂਦੇ ਹੋ ਤਾਂ ਵੀ ਤੁਸੀਂ ਪ੍ਰੋਫਿਟ ਦੇ ਵਿੱਚ ਰਹੋਗੇ। ਗਾਂ ਤੋਂ ਹਰ ਸਾਲ ਬੱਚਾ ਲੈਣਾ ਡੇਅਰੀ ਫਾਰਮ ਦੇ ਵਿੱਚ ਪ੍ਰੋਫਿਟ ਦੇ ਵਿੱਚ ਰਹਿਣ ਦਾ ਇੱਕ ਬਹੁਤ ਹੀ ਚੰਗਾ ਸੁਝਾਅ ਹੈ ਮੇਰਾ ਤੁਹਾਨੂੰ। ਕੋਸ਼ਿਸ਼ ਇਹੀ ਕਰਨੀ ਹੈ। ਬਾਕੀ ਗੱਲ ਕਰ ਲੈਂਦੇ ਹਾਂ ਸੈਕਸ ਸੀਮਨ ਦੀ। ਪਹਿਲੀ ਗੱਲ ਕਿ ਸੈਕਸ ਸੀਮਨ ਜਿਹੜਾ ਹੁੰਦਾ ਉਹ ਤੁਸੀਂ ਹੀ ਫਦ ਉੱਤੇ ਤੇ ਅੱਖਾਂ ਬੰਦ ਕਰਕੇ ਲਾ ਸਕਦੇ ਹੋ, ਪਰ ਅੱਜ ਕੱਲ ਕੀ ਹੋ ਗਿਆ ਕਿ ਹਿਫਸ ਵੀ ਰਿਪੀਟ ਕਰਦੀਆਂ ਨੇ। ਤੁਸੀਂ ਕਈ ਵਾਰੀ ਨੋਟਿਸ ਕੀਤਾ ਹੋਏਗਾ, ਅਸੀਂ ਵੀ ਇਹ ਚੀਜ਼ ਨੋਟਿਸ ਕੀਤੀ ਹੈ ਕਿ ਹਿਫਸ ਵੀ ਅੱਜ ਕੱਲ ਰਿਪੀਟ ਕਰਦੀਆਂ ਨੇ। ਪਹਿਲਾਂ ਕੀ ਹੁੰਦਾ ਸੀ ਕਿ ਤੁਸੀਂ ਹਿਫਸ ਨੂੰ ਪਹਿਲੇ ਸਟ੍ਰਾਅ ਦੇ ਉੱਤੇ ਕੰਸੀਵ ਕਰਾ ਲੈਂਦੇ ਸੀ, ਕੋਸ ਜੋ ਸੂਏ ਪਈਆਂ ਗਾਵਾਂ ਨੇ ਉਹ ਰਿਪੀਟ ਕਰਦੀਆਂ ਸੀ, ਪਰ ਅੱਜ ਕੱਲ ਹਿਫਸ ਵੀ ਰਿਪੀਟ ਕਰਦੀਆਂ ਨੇ। ਇਸੇ ਕਰਕੇ ਜੇ ਤੁਸੀਂ ਸੈਕਸ ਸੀਮਨ ਲਿਆ ਤੇ 2 ਸਟ੍ਰਾਅ ਸੈਕਸ ਸੀਮਨ ਦੇ ਪਰ ਕੋ ਲੈ ਕੇ ਚਲੋ, 2 ਵਾਰੀ ਉਸਨੂੰ ਸੈਕਸ ਸੀਮਨ ਲਗਾਓ। ਜੇ ਉਹ ਪ੍ਰੈਗਨੈਂਟ ਨਹੀਂ ਹੁੰਦੀ, ਕੰਸੀਵ ਨਹੀਂ ਕਰਦੀ, ਤਾਂ 3ਜੇ ਵਾਰੀ ਸੈਕਸ ਸੀਮਨ ਲਾਉਣ ਦੀ ਗਲਤੀ ਨਾ ਕਰਿਓ, ਉਸਨੂੰ ਕਨਵੈਨਸ਼ਨਲ ਸੀਮਨ ਲਾਓ। ਹਮੇਸ਼ਾ ਇਹ ਦੇਖ ਫੀਲਡ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਕਨਵੈਨਸ਼ਨਲ ਸੀਮਨ ਦੇ ਪ੍ਰੈਗਨੈਂਸੀ ਰੇਟ ਜ਼ਿਆਦਾ ਹੁੰਦੇ ਨੇ ਸੈਕਸ ਸੀਮਨ ਦੇ ਨਾਲੋਂ। ਮਤਲਬ ਜੇ ਕਿਸੇ ਗਾਂ ਦੀ ਫਰਟੀਲਿਟੀ ਪਾਵਰ ਘੱਟ ਵੀ ਹੈ ਨਾ, ਕਨਸੈਪਸ਼ਨ ਰੇਟ ਘੱਟ ਵੀ ਹੈ, ਤਾਂ ਵੀ ਉਹ ਕਨਵੈਨਸ਼ਨਲ ਸੀਮਨ ਦੇ ਨਾਲ ਪ੍ਰੈਗਨੈਂਟ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ ਬਜਾਏ ਸੈਕਸ ਸੀਮਨ ਦੇ। ਸੈਕਸ ਸੀਮਨ ਇੱਕ ਤਰ੍ਹਾਂ ਦਾ ਸੋਰਟਿਡ ਸੀਮਨ ਹੁੰਦਾ ਹੈ, ਇਸੇ ਕਰਕੇ ਕਈ ਵਾਰੀ ਇਹਦੀ ਜੋ ਕਨਸੈਪਸ਼ਨ ਰੇਟ ਉਹ ਕੰਪਰੋਮਾਈਜ਼ ਹੋ ਜਾਂਦੀਆਂ ਨੇ। ਤੇ ਹੀ ਫਸਟ ਦੇ ਵਿੱਚ 2 ਵਾਰੀ ਤੁਸੀਂ ਸੈਕਸ ਸੀਮਨ ਲਗਾਓਗੇ, 3ਜੀ ਵਾਰੀ ਤੁਸੀਂ ਕਨਵੈਨਸ਼ਨਲ ਸੀਮਨ ਲਗਾਓਗੇ। ਤੇ ਜੇ ਉਹ ਬਾਈ ਚਾਂਸ 3-4 AI ਤੋਂ ਬਾਅਦ ਵੀ ਪ੍ਰੈਗਨੈਂਟ ਨਹੀਂ ਹੁੰਦੀ ਤੇ ਉਸਨੂੰ ਕ੍ਰੋਸ ਬਰੀਡ ਦਾ ਸੀਮਨ ਲਾ ਦਿਓ। ਕ੍ਰੋਸ ਬਰੀਡ ਦਾ ਮਤਲਬ ਹੋ ਗਿਆ ਕਿ ਜੇ ਉਹ HF ਹੈ ਤਾਂ ਉਸਨੂੰ ਜਰਸੀ ਲਾ ਦਿਓ, ਜੇ ਉਹ ਜਰਸੀ ਹੈ ਤਾਂ ਫਿਰ ਉਸਨੂੰ HF ਲਾ ਦਿਓ। ਬਹੁਤ ਵਾਰੀ ਇਹ ਚਾਂਸਿਸ ਹੁੰਦੇ ਨੇ ਕਿ ਕ੍ਰੋਸ ਬਰੀਡ ਕਰਨ ਦੇ ਨਾਲ ਵੀ ਗਾਵਾਂ ਪ੍ਰੈਗਨੈਂਟ ਹੋ ਜਾਂਦੀਆਂ ਨੇ। ਅਸੀਂ ਆਪਣੀ ਸੈਕਿੰਡ ਲੈਕਟੇਸ਼ਨ ਵਾਲੀਆਂ ਨੂੰ ਵੀ ਸੈਕਸ ਸੀਮਨ ਲਾਉਂਦੇ ਹਾਂ, ਆਪਾਂ ਰਿਸਕ ਲੈਂਦੇ ਹਾਂ ਸੈਕਸ ਸੀਮਨ ਲਾਉਣ ਦਾ, ਪਰ ਤੁਸੀਂ ਪਹਿਲਾਂ ਪੂਰੀ ਤਿਆਰੀ ਕਰ ਲੈਣੀ ਹੈ। ਨਿਊਟ੍ਰੀਸ਼ਨ ਵੀ ਵਧੀਆ ਰੱਖੋ, ਉਹਨਾਂ ਦੀ એનર્ਜੀ ਪੂਰੀ ਰੱਖੋ, ਤੇ ਉਹਨਾਂ ਨੂੰ IU ਵਗੈਰਾ, ਯੂਟਰਸ ਵਗੈਰਾ ਉਹਨਾਂ ਦਾ ਸਾਰਾ ਕਲੀਨ ਹੈ ਤੇ ਉਹ ਹੈਲਦੀ ਨੇ ਕੰਸੀਵ ਕਰਨ ਵਾਸਤੇ, ਫਿਰ ਤੁਸੀਂ ਉਹਨਾਂ ਨੂੰ ਸੈਕਸ ਸੀਮਨ ਲਗਾਓ। ਅਸੀਂ ਪਰ ਕੋ 2 ਸੈਕਸ ਸੀਮਨ ਲੈ ਕੇ ਚੱਲਦੇ ਹਾਂ ਕਿ 2 ਵਾਰੀ ਲਾਉਣਾ ਪੈ ਸਕਦਾ ਹੈ, ਜਾਂ ਕਈ ਵਾਰੀ ਹੁੰਦਾ ਹੈ ਕਿ ਗਾਂ ਦੀ ਹੀਟ ਉਨੀ ਉਸ ਤਰ੍ਹਾਂ ਦੀ ਆਉਂਦੀ ਹੈ ਤੇ ਸਾਨੂੰ ਉਹਨੂੰ 1 ਵਾਰੀ 'ਚ ਹੀ 2 ਸਟ੍ਰਾਅ ਲਾਉਣੇ ਪੈ ਜਾਂਦੇ ਨੇ। ਇਸੇ ਕਰਕੇ ਪਰ ਕੋ 2 ਸੈਕਸੀਮਨ ਅਸੀਂ ਲੈ ਕੇ ਚੱਲਦੇ ਹਾਂ। ਤੇ ਤੁਸੀਂ ਕੋ ਨੂੰ ਤੁਸੀਂ 2 ਵਾਰੀ ਸੇਮ ਉਹੀ ਪ੍ਰੋਟੋਕਾਲ ਰੱਖਣਾ ਹੈ, ਤੁਸੀਂ ਸੈਕਸੀਮਨ ਲਾਓ ਜੇ ਤੁਹਾਡਾ ਬਜਟ ਅਲਾਓ ਕਰਦਾ ਹੈ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਤੇ ਰਿਸਕ ਲੈ ਸਕਦਾ ਹਾਂ ਕਿ ਮੈਂ ਇਸ ਨੂੰ 2 ਵਾਰੀ ਸੈਕਸੀਮਨ ਲਾਵਾਂ, ਤੇ ਫਿਰ ਲਾਓ, ਨਹੀਂ ਤਾਂ ਸਿਰਫ 1 ਵਾਰੀ ਗਾਂ ਨੂੰ ਸੈਕਸੀਮਨ ਲਾਓ। ਜੇ ਉਹ ਪ੍ਰੈਗਨੈਂਟ ਹੋ ਜੇ ਤੇ ਵੈਲ ਐਂਡ ਗੁੱਡ, ਜੇ ਉਹ ਪ੍ਰੈਗਨੈਂਟ ਨਹੀਂ ਹੁੰਦੀ ਤੇ ਫਿਰ ਉਸਨੂੰ ਸੈਕਸੀਮਨ ਲਾਉਣ ਦੀ ਗਲਤੀ ਨਾ ਕਰਿਓ, ਕਿਉਂਕਿ ਗਾਵਾਂ ਦੇ ਵਿੱਚ ਸੈਕਸੀਮਨ ਦੀ ਪ੍ਰੈਗਨੈਂਸੀ ਰੇਟ ਬਹੁਤ ਘੱਟ ਹੁੰਦਾ ਹੈ, ਕਿਉਂਕਿ ਇਹ ਜਦੋਂ ਸੂਏ ਪੈ ਜਾਂਦੀਆਂ ਨੇ ਇਹਨਾਂ ਦੀ ਯੂਟਰਸ ਦੀ ਕੰਸੈਪਸ਼ਨ ਪਾਵਰ ਤੇ ਕਲੀਨਿੰਗ ਪਾਵਰ ਥੋੜੀ ਘੱਟ ਜਾਂਦੀ ਹੈ। ਤੇ ਜੇ ਹੀਫਸ ਰਿਪੀਟ ਕਰ ਜਾਂਦੀਆਂ ਤੇ ਫਿਰ ਕੋਸ ਦਾ ਰਿਪੀਟ ਕਰਨਾ ਤੇ ਨਾਰਮਲ ਜੀ ਗੱਲ ਬਣ ਜਾਂਦੀ ਹੈ। ਇਸੇ ਕਰਕੇ ਇੱਕ ਐ ਮੇਨ ਹੈ ਇਹੀ ਇਸ਼ੂ ਸੀ ਕਿ ਸੈਕਸ ਸੀਮਨ ਲਾ ਸਕਦੇ ਆ ਕਿ ਨਹੀਂ ਲਾ ਸਕਦੇ। ਬੇਸ਼ੱਕ ਤੁਸੀਂ ਲਾ ਸਕਦੇ ਹੋ ਗਾਵਾਂ ਦੇ ਵਿੱਚ ਸੈਕਸ ਸੀਮਨ ਜੇ ਤੁਹਾਡਾ ਬਜਟ ਤੁਹਾਨੂੰ ਅਲਾਓ ਕਰਦਾ ਹੈ, ਨਹੀਂ ਤੇ ਕਨਵੈਨਸ਼ਨਲ ਸੀਮਨ ਲਾਓ,
ਕਨਵੈਨਸ਼ਨਲ ਸੀਮਨ ਦੇ ਰੇਟ ਵੀ ਅੱਜ ਕੱਲ ਚੰਗੇ ਨੇ, ਵੱਛੀਆਂ ਆ ਜਾਂਦੀਆਂ ਨੇ, ਸਾਡੇ ਕੋਲ ਵੀ ਕਨਵੈਨਸ਼ਨਲ ਸੀਮਨ ਦੀਆਂ ਵੱਛੀਆਂ ਆਈਆਂ ਨੇ, ਇੰਨਾ ਕੋਈ ਰਿਸਕ ਵਾਲੀ ਗੱਲ ਨਹੀਂ। ਪਰ ਹੀਫਸ ਦੇ ਉੱਤੇ ਸੈਕਸ ਸੀਮਨ ਲਾ ਜ਼ਰੂਰ ਇੱਕ ਵਾਰੀ ਟਰਾਈ ਕਰਿਓ, ਕਿਉਂਕਿ ਹੋ ਸਕਦਾ ਦੋ ਸਟੋਰ ਤੁਸੀਂ ਲੈ ਕੇ ਚੱਲੋ ਤੇ ਇੱਕ ਵਾਰੀ ਜੇ ਨਾ ਕੰਸੀਵ ਕਰੇ ਤਾਂ ਦੂਜੀ ਵਾਰੀ ਤੇ ਕੰਸੀਵ ਕਰ ਹੀ ਜਾਂਦੀਆਂ ਨੇ। ਇੱਕ ਹੁੰਦਾ ਬਹੁਤ ਵੱਡਾ ਰੋਲ ਕੰਸੈਪਸ਼ਨ ਦਾ ਨਿਊਟ੍ਰੀਸ਼ਨਲ ਡਿਮਾਂਡਸ ਦੇ ਉੱਤੇ। ਇੱਕ ਉਹਨਾਂ ਨੂੰ ਸਿਲੇਨੀਅਮ ਪੂਰਾ ਦਿਓ, ਇੱਕ ਉਹਨਾਂ ਨੂੰ ਕਾਪਰ ਪੂਰਾ ਦਿਓ। ਸਿਲੇਨੀਅਮ, ਕਾਪਰ, ਵਿਟਾਮਿਨ ਈ, ਵਿਟਾਮਿਨ ਏ ਤੇ ਵਿਟਾਮਿਨ D3, ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਰੱਖੋ। ਇਹ ਜਿਹੜੇ ਹੁੰਦੇ ਨੇ ਇਹ ਪ੍ਰੈਗਨੈਂਸੀ ਜਿਹੜੇ ਹੁੰਦੇ ਨੇ ਪ੍ਰੈਗਨੈਂਸੀ ਮਿਨਰਲਸ ਤੇ ਵਿਟਾਮਿਨਸ ਹੁੰਦੇ ਨੇ, ਇਹ ਤੁਸੀਂ ਪੂਰੇ ਰੱਖੋਗੇ ਤੇ ਫਿਰ ਉਹਨਾਂ ਦੀ ਕੰਸੈਪਸ਼ਨ ਰੇਟ ਜਿਹੜੀ ਹੁੰਦੀ ਹੈ ਉਹ ਵੱਧ ਜਾਂਦੀ ਹੈ। ਹਾਰਮੋਨ ਸਾਰੇ ਆਪਣੀ ਜਗ੍ਹਾ ਨੇ, ਪਰ ਜੋ ਨਿਊਟ੍ਰੀਸ਼ਨ ਹੁੰਦਾ ਹੈ ਉਹ ਨਿਊਟ੍ਰੀਸ਼ਨ ਹੀ ਹੁੰਦਾ ਹੈ ਉਹਨਾਂ ਨੂੰ ਅੰਦਰੋਂ ਤਿਆਰ ਕਰਨ ਵਾਸਤੇ। ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਕੋਸ਼ਿਸ਼ ਇਹੀ ਕਰਿਓ ਕਿ ਤੁਹਾਡੀਆਂ ਮੈਕਸੀਮਮ ਤੋਂ ਮੈਕਸੀਮਮ ਗਾਵਾਂ ਕੰਸੀਵ ਕਰਨ, ਤੇ ਤਾਂ ਹੀ ਤੁਸੀਂ ਪ੍ਰੋਫਿਟ ਦੇ ਵਿੱਚ ਰਹੋਗੇ। ਜਿਹੜੀ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਹੈ ਨਾ, ਇਹ ਬਹੁਤ ਘੱਟ ਦਾ ਸੌਦਾ ਬਣ ਜਾਂਦਾ ਡੇਅਰੀ ਫਾਰਮ ਦੇ ਉੱਤੇ ਤੇ ਇੱਕ ਲਾਸ ਵਾਲ ਪਾਸੇ ਨੂੰ ਲੈ ਜਾਂਦਾ ਸਾਨੂੰ। ਤੇ ਇਸ ਗੱਲ ਦੇ ਉੱਤੇ ਅਸੀਂ ਵੀਡੀਓ ਨੂੰ ਖਤਮ ਕਰਦੇ ਹਾਂ ਤੇ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਨਾਲ, ਜਿਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਤਦ ਤੱਕ ਲਈ ਤੁਸੀਂ ਆਪਣਾ ਖਿਆਲ ਰੱਖੋ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਬਾਏ ਬਾਏ।